ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਾਡੇ ਕੋਲ 3.5 ਕਰੋੜ ਰੁਪਇਆ ਆ ਗਿਆ, ਮੁੱਖ ਮੰਤਰੀ ਨੇ ਭੇਜ ਦਿੱਤਾ। ਅਸੀਂ ਬੜੀ ਜਲਦੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਇੱਥੇ ਬੜੀ ਵਧੀਆ ਮਾਡਰਨ ਗਊਸ਼ਾਲਾ ਬਣਾਉਣ ਜਾ ਰਹੇ ਹਾਂ। ਮੈਂ ਸਮਝਦਾ ਕਿ ਫਿਰੋਜ਼ਪੁਰ ਪੰਜਾਬ ਦਾ ਪਹਿਲਾ ਸ਼ਹਿਰ ਹੋਏਗਾ ਜਿੱਥੇ ਸਾਰੇ ਪਸ਼ੂ ਜਿਹੜੇ ਹੈਗੇ ਗਊਸ਼ਾਲਾ 'ਚ ਚਲੇਗਾ। ਇਹ ਮੇਰੇ ਮਨ ਦੇ ਵਿੱਚ ਵੀ ਹੈ, ਇਹ ਇੱਥੋਂ ਦੀ ਬੜੀ ਵੱਡੀ ਸਮੱਸਿਆ ਵੀ ਹੈ। ਮੈਂ ਸਮਝਦਾ ਹਾਂ ਕਿ ਅਸੀਂ ਫਿਰੋਜ਼ਪੁਰ ਦੇ ਵਿੱਚ ਮੁੜੀ ਹੋਈਏ, ਜਿਵੇਂ ਜਿਹੜਾ ਸਾਡਾ PGI ਦਾ ਸੈਟੇਲਾਈਟ ਸੈਂਟਰ ਆਇਆ, ਉਹਦੇ 'ਚ ਵੀ ਅਸੀਂ ਜਦੋਂ 2 ਸੈਟੇਲਾਈਟ ਸੈਂਟਰ ਸੀ ਜਿਹੜੇ ਪਾਸ ਹੋਏ ਸੀ, ਇੱਕ ਸੰਗਰੂਰ ਇੱਕ ਫਿਰੋਜ਼ਪੁਰ। ਸੰਗਰੂਰ ਉਹਨਾਂ ਨੇ ਜ਼ਮੀਨ ਦੇ ਦਿੱਤੀ, ਫਿਰੋਜ਼ਪੁਰ ਜ਼ਮੀਨ ਨਹੀਂ ਦਿੱਤੀ ਸੀ, ਇਸ ਕਰਕੇ ਅਸੀਂ ਪਛੜ ਗਏ। ਔਰ ਇਸ ਜਿਹੜੇ ਪ੍ਰੋਜੈਕਟ ਸੀਗੇ, ਮੇਰੇ ਪਾਇਲਟ ਪ੍ਰੋਜੈਕਟ ਸੀਗੇ, ਇਹ ਪ੍ਰੋਜੈਕਟ ਮੇਰੇ ਕੋਲ ਆਏ ਕਿੱਥੋਂ, ਇਹ ਵੀ ਤੁਸੀਂ ਪੁੱਛਣਾ ਚਾਹੋਗੇ। ਇਹੋ ਜਿਹੜੇ ਬਜ਼ੁਰਗ ਨੇ ਮੇਰੇ, ਇਹ ਦੱਸਦੇ ਕਿ ਆਪਾਂ ਆਹ ਚੀਜ਼ ਲੈ ਕੇ ਆਉਣੀ, ਆਹ ਕਰਨਾ ਚਾਹੀਦਾ। ਇਹਦੇ 'ਚ ਪ੍ਰੈਸ ਦਾ ਵੀ ਬੜਾ ਵੱਡਾ ਸਾਥ, ਕਿਉਂਕਿ ਜਦੋਂ ਇਹ ਦੇਖਦੇ ਨੇ, ਇਹ ਦੱਸਦੇ ਨੇ ਕਿ ਆਪਾਂ ਨੂੰ ਜੀ ਫਿਰੋਜ਼ਪੁਰ ਦੇ ਵਿੱਚ ਵਧੀਆ ਤੋਂ ਵਧੀਆ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ। ਇੱਕ ਸਰ, PGI ਦੀ ਕਾਫੀ ਵੱਡੀ ਡਿਮਾਂਡ ਸੀ, ਉਹਦੇ ਵਿੱਚ ਕ੍ਰੈਡਿਟ ਵਾਲ ਵੀ ਛਿੜੀ ਹੋਈ ਹੈ ਜੇ ਦੇਖਿਆ ਜਾਵੇ ਤਾਂ। ਕੱਲ੍ਹ ਕੱਲ੍ਹ ਕਹਿੰਦਾ ਅਸੀਂ ਲੈ ਕੇ ਆਏ, ਪਰ 2013 ਦੇ ਵਿੱਚ ਕਾਂਗਰਸ ਦੇ ਟਾਈਮ 'ਤੇ ਜਿਹੜਾ ਇਹ ਅਪਰੂਵ ਹੋਇਆ ਸੀ। ਦੇਖੋ, ਗੱਲ ਇਹ ਹੈ ਕਿ ਮੈਂ ਵਾਹਵਾਹੀ ਨਹੀਂ ਖੱਟਣਾ ਚਾਹੁੰਦਾ ਇੱਥੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਫਿਰੋਜ਼ਪੁਰ ਦੇ ਲੋਕਾਂ ਦੀਆਂ ਦੁਆਵਾਂ ਦੇ ਨਾਲ ਆਇਆ ਇਹ। 2012-2013 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਸਾਹਿਬ, ਮਨਮੋਹਨ ਸਿੰਘ ਜੀ ਨੇ ਪਾਸ ਕੀਤਾ ਸੀ। ਗੁਲਾਮ ਨਬੀ ਆਜ਼ਾਦ ਸਾਹਿਬ ਦੇ ਜਿਹੜੇ ਸੀਗੇ ਮਿਨਿਸਟਰ ਹੁੰਦੇ ਸੀਗੇ, ਇਹਨਾਂ ਨੇ ਜ਼ਮੀਨ ਨਹੀਂ ਦਿੱਤੀ ਸੀ, ਇਸ ਕਰਕੇ ਰੁਕਿਆ ਹੋਇਆ ਸੀ। ਜਦੋਂ ਇਹ ਹੋਸਪਿਟਲ ਦੀ ਚਿੱਠੀ ਆਈ ਸੀ, ਅੱਜ ਵੀ ਮੈਨੂੰ ਯਾਦ ਹੈ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ 11:30 ਵਜੇ ਫੋਨ ਕੀਤਾ। ਸਾਡੇ ਮੁੱਖ ਮੰਤਰੀ ਸੀਗੇ, ਅਸੀਂ ਆਪੋਜੀਸ਼ਨ ਦੇ ਵਿੱਚ ਸੀ। ਉਹ ਕਹਿੰਦੇ, ਕਾਕਾ ਜੀ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਮੈਂ ਕਿਹਾ, ਕਿਤੇ ਐਵੇਂ ਕਿਸੇ ਟੈਲੀਫੋਨ 'ਤੇ ਮਜ਼ਾਕ ਕਰ ਰਿਹਾ ਮੇਰੇ ਨਾਲ ਕੋਈ, ਨਹੀਂ ਸੜਕ ਆਪਰੇਟਰ ਕੋਈ ਗੱਲ ਕਰੋ। ਮੈਂ ਗੱਲ ਕੀਤੀ, ਵਾਕਿਆ ਮੁੱਖ ਮੰਤਰੀ ਗੱਲ ਕਰ ਰਹੇ ਸੀ। ਕਹਿੰਦੇ ਵੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਫਿਰੋਜ਼ਪੁਰ ਦੇ ਵਿੱਚ ਵੀ PGI ਆਊਗਾ, ਚੰਡੀਗੜ੍ਹ ਦੇ ਵਿੱਚ ਤਾਂ ਮੈਂ ਸੋਚਿਆ ਸੀ। ਇਹਨਾਂ ਨੇ ਇਸ ਨੂੰ ਰੋਕਿਆ, ਇਸ ਕਰਕੇ ਡਿਲੇ ਇਸ ਕਰਕੇ ਕੀਤੀ ਵੀ ਮੈਂ ਆਪਦਾ ਜਿਹੜਾ ਏਮਸ ਆ ਉੱਥੇ ਬਣਾ ਲਵਾਂ। ਪਰ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਰਾ ਹਿੰਦੁਸਤਾਨ ਸਾਡੇ ਵਾਸਤੇ ਇੱਕ ਹੈ, ਲੋਕਾਂ ਦਾ ਇਲਾਜ ਕਰਾਉਣਾ ਇੱਕ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਹੁਣ ਇੱਥੋਂ ਦੇ MP ਬਣ ਕੇ ਆਏ ਨੇ ਉਹਨਾਂ ਦੇ ਬੇਟੇ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ, MP ਸਾਹਿਬ ਅਸੀਂ ਤਾਂ PGI ਲੈ ਕੇ ਆਉਂਦਾ, ਤੁਸੀਂ ਕਿਰਪਾ ਕਰੋ ਏਮਸ ਲਿਆਓ, ਮੈਂ ਨੰਗੇ ਪੈਰੀਂ ਤੁਹਾਡੇ ਘਰ ਆ ਜਾਊਂਗਾ।